ਦੂਜਾ ਵਿਆਹ ਕਰਵਾਉਣ ਦੇ ਚਾਅ ਦੇ ਵਿੱਚ ਜਿੱਥੇ ਮੁੰਡਾ ਬਰਾਤ ਲੈ ਕੇ ਪਹੁੰਚਿਆ ਉੱਥੇ ਹੀ ਉਸਦੀ ਪਹਿਲੀ ਪਤਨੀ ਵੀ ਆਪਣੇ ਰਿਸ਼ਤੇਦਾਰਾਂ ਸਮੇਤ ਪੁਲਿਸ ਵਾਲਿਆਂ ਨੂੰ ਲੈ ਕੇ ਪਹੁੰਚ ਗਈ। ਇਹ ਦੇਖਦੇ ਹੀ ਮੁੰਡੇ ਦੇ ਹੱਥ ਪੈਰ ਕੰਬਣ ਲੱਗ ਪਏ ਅਤੇ ਉਸਦੇ ਪਸੀਨੇ ਛੁੱਟ ਗਏ। ਉਸਦਾ ਕਹਿਣਾ ਸੀ ਕਿ ਮੈਂ ਇੱਥੇ ਵਿਆਹ ਨਹੀਂ ਕਰਵਾਉਣ ਆਇਆ, ਸਗੋਂ ਆਪਣੇ ਛੋਟੇ ਭਰਾ ਦਾ ਵਿਆਹ ਕਰਵਾਉਣ ਦੇ ਲਈ ਆਇਆ। ਪੁਲਿਸ ਵਾਲਿਆਂ ਨੂੰ ਦੇਖਦੇ ਹੀ ਉਸਨੇ ਝੂਠ ਬੋਲਣਾ ਸ਼ੁਰੂ ਕੀਤਾ, ਪਰ ਇੱਕ ਇੱਕ ਕਰਕੇ ਸਾਰੇ ਸੱਚ ਖੁੱਲ੍ਹਣੇ ਸ਼ੁਰੂ ਹੋ ਗਏ ਅਤੇ ਕੁੜੀ ਵਾਲਿਆਂ ਦੇ ਵੱਲੋਂ ਉਸ ਨਵੀਂ ਲਾੜੀ ਨੂੰ ਜਿਸ ਦੇ ਨਾਲ ਵਿਆਹ ਰਚਾਇਆ ਜਾਣਾ ਸੀ ਉਸ ਨੂੰ ਵੀ ਸਾਰਾ ਕੁਝ ਦੱਸ ਦਿੱਤਾ ਗਿਆ। ਵਿਆਹ ਵਾਲੇ ਘਰ ਦੇ ਵਿੱਚ ਦੋਸਤ ਅਤੇ ਰਿਸ਼ਤੇਦਾਰ ਇਕੱਠੇ ਹੋਏ ਸਨ, ਪਰ ਜਿਵੇਂ ਹੀ ਉਹਨਾਂ ਦੇ ਵੱਲੋਂ ਭਾਰੀ ਗਿਣਤੀ ਦੇ ਵਿੱਚ ਪੁਲਿਸ ਅਤੇ ਉਸਦੀ ਪਹਿਲੀ ਪਤਨੀ ਨੂੰ ਦੇਖਿਆ ਗਿਆ ਤਾਂ ਸਾਰੇ ਹੱਕੇ ਬੱਕੇ ਹੋ ਗਏ। ਇੱਕ ਪਾਸੇ ਖੜ੍ਹੇ ਹੋ ਕੇ ਉਹਨਾਂ ਦੇ ਵੱਲੋਂ ਵੀ ਇਹੀ ਦੇਖਿਆ ਗਿਆ ਕਿ ਇਸ ਘਰ ਦੇ ਵਿੱਚ ਆਖਿਰਕਾਰ ਚੱਲ ਕੀ ਰਿਹਾ। ਉਹ ਘਰ ਜਿੱਥੇ ਉਹ ਵਿਆਹ ਦੀਆਂ ਵਧਾਈਆਂ ਦੇਣ ਪਹੁੰਚੇ ਸਨ, ਉੱਥੇ ਹੀ ਉਹ ਕਈ ਚਿੰਤਾਵਾਂ ਲੈ ਕੇ ਵਾਪਸ ਗਏ ਨੇ। ਕੁੜੀ ਵਾਲਿਆਂ ਦਾ ਕਹਿਣਾ ਸੀ ਕਿ ਸਾਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ, ਜੇਕਰ ਪਤਾ ਹੁੰਦਾ ਤਾਂ ਉਹਨਾਂ ਦੇ ਵੱਲੋਂ ਇਸ ਘਰ ਦੇ ਵਿੱਚ ਵਿਆਹ ਹੀ ਨਹੀਂ ਕੀਤਾ ਜਾਣਾ ਸੀ। ਪਰ ਪਹਿਲੀ ਪਤਨੀ ਆਪਣੇ ਬੱਚੇ ਸਮੇਤ ਜਦੋਂ ਇੱਥੇ ਪਹੁੰਚਦੀ ਹੈ ਤਾਂ ਪਤੀ ਦੇ ਰੰਗ ਉੱਡ ਗਏ ਅਤੇ ਰਿਸ਼ਤੇਦਾਰ ਵੀ ਇੱਕ ਇੱਕ ਕਰਕੇ ਉੱਥੋਂ ਰਫਾ ਦਫਾ ਹੋ ਗਏ। ਫਿਲਹਾਲ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਆ ਚੁੱਕਿਆ ਹੈ। ਦੇਖਣਾ ਹੋਵੇਗਾ ਕਿ ਅਜਿਹੇ ਵਿਅਕਤੀ ਦੇ ਖਿਲਾਫ਼ ਕੀ ਕਾਰਵਾਈ ਕੀਤੀ ਜਾਂਦੀ ਹੈ ਜੋ ਕਿ ਆਪਣੀ ਪਹਿਲੀ ਪਤਨੀ ਦੇ ਹੁੰਦੇ ਹੋਏ ਦੂਜਾ ਵਿਆਹ ਕਰਵਾ ਰਿਹਾ ਸੀ। ਹਾਲਾਂਕਿ ਉਹਨਾਂ ਦੇ ਵੱਲੋਂ ਚਲਾਕੀ ਵਰਤਣ ਦੀ ਗੱਲ ਸਾਹਮਣੇ ਆਈ। ਉਹਨਾਂ ਦਾ ਕਹਿਣਾ ਸੀ ਕਿ ਕਾਰਡ ਦੇ ਵਿੱਚ ਉਹਨਾਂ ਨੇ ਜਾਣ ਬੁੱਝ ਕੇ ਆਪਣੇ ਛੋਟੇ ਭਰਾ ਦਾ ਨਾਮ ਲਿਖਵਾਇਆ, ਜਦੋਂ ਕਿ ਵਿਆਹ ਵੱਡੇ ਦਾ ਹੀ ਹੋ ਰਿਹਾ ਸੀ ਜੋ ਕਿ ਪਹਿਲਾਂ ਹੀ ਵਿਆਹਿਆ ਹੋਇਆ ਅਤੇ ਇੱਕ ਬੱਚੇ ਦਾ ਬਾਪ ਵੀ ਹੈ। ਇਹ ਸਾਰੀ ਖਬਰ ਅਬੋਹਰ ਤੋਂ ਸਾਹਮਣੇ ਆਈ, ਜਿੱਥੇ ਇੱਕ ਵਿਆਹ ਸਮਾਗਮ ਦੇ ਵਿੱਚ ਭੜਥੂ ਪੈ ਗਿਆ ਜਦੋਂ ਲਾੜੇ ਦੀ ਪਹਿਲੀ ਪਤਨੀ ਆਪਣੇ ਬੱਚੇ ਸਮੇਤ ਉੱਥੇ ਪਹੁੰਚ ਗਈ ਸੀ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਵੀ ਨਾਲ ਲੈ ਕੇ ਆਈ ਅਤੇ ਵਿਆਹ ਨੂੰ ਰੁਕਵਾ ਦਿੱਤਾ ਗਿਆ। ਪੁਲਿਸ ਨੇ ਪੀੜਤਾਂ ਦੇ ਬਿਆਨਾਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਵੱਧੇ ਵਿਵਾਦ ਨੂੰ ਦੇਖਦੇ ਹੋਏ ਸਾਰੇ ਬਰਾਤੀ ਇੱਕ ਇੱਕ ਕਰਕੇ ਉੱਥੋਂ ਖਿਸਕ ਪਏ ਸਨ। ਕੁਲਦੀਪ ਕੌਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ 2019 ਦੇ ਵਿੱਚ ਕੁਲਦੀਪ ਦਾ ਵਿਆਹ ਜਲਾਲਾਬਾਦ ਦੇ ਪਿੰਡ ਅਰਾਈਆਂ ਵਾਲਾ ਮੌਕਮ ਵਾਲਾ ਵਾਸੀ ਸੁਖਵਿੰਦਰ ਸਿੰਘ ਦੇ ਨਾਲ ਕਰਵਾਇਆ ਗਿਆ ਸੀ। ਵਿਆਹ ਦੇ ਇੱਕ ਸਾਲ ਬਾਅਦ ਉਹਨਾਂ ਦੇ ਘਰ ਇੱਕ ਧੀ ਨੇ ਜਨਮ ਲਿਆ, ਪਰ ਕੁਲਦੀਪ ਕੌਰ ਦਾ ਆਪਣੇ ਪਤੀ ਸੁਖਵਿੰਦਰ ਸਿੰਘ ਦੇ ਨਾਲ ਕਾਫੀ ਸਮੇਂ ਤੋਂ ਤਕਰਾਰ ਚੱਲ ਰਿਹਾ ਸੀ। ਇਸ ਦੇ ਕਾਰਨ ਹੀ ਉਹ ਕੁਝ ਮਹੀਨਿਆਂ ਤੋਂ ਆਪਣੇ ਪੇਕੇ ਘਰ ਦੇ ਵਿੱਚ ਰਹਿ ਰਹੀ ਸੀ। ਕੁਲਦੀਪ ਕੌਰ ਨੇ ਦੱਸਿਆ ਕਿ ਅੱਜ ਉਸਨੂੰ ਸੂਚਨਾ ਮਿਲੀ ਕਿ ਉਸਦਾ ਪਤੀ ਸੁਖਵਿੰਦਰ ਦੂਜਾ ਵਿਆਹ ਕਰਵਾ ਰਿਹਾ ਅਤੇ ਇਸ ਦੀ ਯੋਜਨਾ ਬਣ ਚੁੱਕੀ ਹੈ ਅਤੇ ਉਹ ਬਰਾਤ ਲੈ ਕੇ ਵੀ ਉੱਥੇ ਪਹੁੰਚ ਚੁੱਕਿਆ। ਇਸ ਦੇ ਕਾਰਨ ਹੀ ਉਹ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਅਬੋਹਰ ਦੇ ਪਿੰਡ ਕੱਲਰ ਖੇੜਾ ਪਹੁੰਚ ਗਈ ਅਤੇ ਇਸ ਤੋਂ ਬਾਅਦ ਉਸਨੇ ਲੜਕੀ ਪਰਿਵਾਰ ਵਾਲਿਆਂ ਨੂੰ ਸਭ ਕੁਝ ਦੱਸ ਦਿੱਤਾ। ਮਾਮਲੇ ਦਾ ਪਤਾ ਲੱਗਦੇ ਹੀ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਵਿਆਹ ਦੀਆਂ ਸਾਰੀਆਂ ਰਸਮਾਂ ਬੰਦ ਕਰ ਦਿੱਤੀਆਂ। ਪੁਲਿਸ ਨੂੰ ਬੁਲਾਇਆ ਗਿਆ ਸੀ ਤਾਂ ਪੁਲਿਸ ਦੇ ਵੱਲੋਂ ਵੀ ਹਰੇਕ ਦੇ ਬਿਆਨ ਲਏ ਗਏ ਨੇ। ਚੌਂਕੀ ਕੱਲਰ ਖੇੜਾ ਪੁਲਿਸ ਨੂੰ ਪੁੱਛਗਿੱਛ ਦੇ ਵਿੱਚ ਲਾੜੇ ਦੇ ਪੱਖ ਦੇ ਲੋਕਾਂ ਨੇ ਦੱਸਿਆ ਕਿ ਉਹ ਆਪਣੇ ਛੋਟੇ ਲੜਕੇ ਦਾ ਵਿਆਹ ਕਰਵਾਉਣ ਦੇ ਲਈ ਆਏ ਸੀ, ਜਦੋਂ ਕਿ ਲਾੜੀ ਦੇ ਪਰਿਵਾਰਕ ਮੈਂਬਰਾਂ ਨੇ ਉਸਦੇ ਝੂਠ ਦਾ ਪਰਦਾਫਾਸ਼ ਕਰਦਿਆਂ ਕਿਹਾ ਕਿ ਸੁਖਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਨੂੰ ਵੀ ਧੋਖਾ ਦੇ ਕੇ ਇਹ ਗੱਲ ਦੱਸੀ ਹੈ। ਫਿਰ ਉਹ ਤਲਾਕਸ਼ੁਦਾ ਇਹ ਕਹਿੰਦੇ ਹੋਏ ਵਿਆਹ ਕਰਵਾਇਆ ਜਾ ਰਿਹਾ ਸੀ ਅਤੇ ਇੱਧਰ ਚੌਂਕੀ ਕੱਲਰ ਖੇੜਾ ਦੇ ASI ਦਵਿੰਦਰ ਸਿੰਘ ਨੇ ਦੱਸਿਆ ਕਿ ਕੁਲਦੀਪ ਕੌਰ ਦੀ ਸ਼ਿਕਾਇਤ ਦੇ ਆਧਾਰ 'ਤੇ ਹੀ ਉਹਨਾਂ ਵਿਆਹ 'ਤੇ ਰੋਕ ਲਗਾ ਦਿੱਤੀ ਹੈ ਅਤੇ ਜਾਂਚ ਤੋਂ ਬਾਅਦ ਦੋਸ਼ੀਆਂ ਦੇ ਖਿਲਾਫ਼ ਬਣਦੀ ਕਾਰਵਾਈ ਵੀ ਜ਼ਰੂਰ ਕੀਤੀ ਜਾਵੇਗੀ। ਤੁਸੀਂ ਹੁਣ ਮੰਗ ਕੀ ਕਰਦੇ ਹੋ? ਵਿਆਹ ਹੋ ਜਾਂਦਾ, ਤੁਸੀਂ ਰੁਕਾਇਆ ਜਾਂ ਕੀ ਕੀਤਾ? ਫਿਰ ਉਹ ਮੁੰਡਾ ਵਿਆਹ ਆ, ਅਸੀਂ ਵਿਆਹ ਸੀ, ਹੁਣ ਉਹ ਮੁੰਡਾ ਨਿੱਕਾ ਅੰਦਰ ਕਹਿੰਦਾ ਮੈਂ ਵਿਆਹੀ ਆ, ਉਹ ਲਿਜਾਣਾ ਚਾਹੁੰਦਾ ਤੇ
छोटे लड़के का जी हां जी आ रहा हूं पता लग गया मुंडे का ब्याह हो रहा है जी चार साल हो गए ब्याह गुड्डी सानू पता पहला नहीं सीगा बड़ा टांट पता लगन दा है अजी आ गया आ रहा है ये तो थोड़ी लड़की ने क्यों नहीं लेके जा रहे हां जी तो मारा बटा जो ने कहा जी मैंने कमरा पा दो मतलब कहया ना को कमरा को जिमे चाचा थोड़ा सी कमरा सीगा जी इन्हें माड़ा ना लिया तो चाची सोरी उन्हें समान बार बार कर चुकी इन्हें सामान पता लग गया जड़ी मैंने समान बार कट दे इन्हें ना लैं बच्च वो पाँव तो मतलब आई नहीं किन्ने टाइम तो करे हाँ जी हम चौथा साल चढ़ पाया जी छड़ के गया जी दोवे जी छड़ के गया जी बिल सला सलाम असी हमने सेवा की है सारा कुछ पाँव तो चार साल बाद आई उस बाद मैं क्या जी इस तरह भी हफ्ते बाद बुद्धी ने भी क्या इस तरह जी मेरे को मैं ढिली हो गई सी मैं लै जाओ लिजाने नहीं उत्थे बैठी रहे मैं भी हफ्ते बाद कुर्म फोन लाया जी जी हाँ जी बुढ़ी ठीक हो गई है तो महाराज तुम लो जाओ वो अच्छे लै जावे लै जावे चार साल हो गए साढ़े बूहे से अजे तक जो आया तो मैं जिन जिते मर्जी पाल हो जी मेरे बूहे से आया हो ना जी ना मैनू ना दरखास्त दी सी कुलजीत कौर वाइफ सुखविंदर पाल ने मेरी पहला शादी हुई है चार पांच साल पहला जिहड़ा मेरा घर वाला मेरी सहमति तो बिना जां मेरे नाल तलाक लाए तो बिना जरा वो विह करवा रहे हैं जिससे वो पहले ही कुछ बहुत बड़ा आदमी जो पहुंचे से दोनों पार्टियां जड़िया ने चौंकी आ गई जरा विह की रस्म जी नहीं हुई हो सकी हम दोनों धिर जो चौंकी ने जो ये अपनी सहमति देनी है जो ये चाहते हैं उस हिसाब से जो गोरमेंट जी कर कानूनी जो दायरे देखे जाए तो अपराध नहीं है जो दूजे विह कराना नहीं कानूनी दायरे अपराध है पर अपराध जो चार सौ चौरानवे आई पी सी जी है तहत कोर्ट चल गसा कर सकते आपकी कोर्ट चला जो करना तो फिर तुम आपके वालों कोई कार्रवाई कर रहे हो हाँ साढ़े को दरखास्त दी है अभी निपटारा कुलजीत कौर जी मेरा मेरे घर वाले का नाम सुखविंदर पाल है कितों दे हो पालीवाल यहाँ मेरा वहाँ मुख्य तो की होया हूँ